कैसे चल रहा है जी आपका? गुजारा बहुत मुश्किल से चल रहा है सर, कभी इधर लंगर तो ले आने हैं, कभी कहीं लंगर लगता है तो चार बच्चों को पाल रहा हूँ सर जी। आंटी गुआंटी भी है यहाँ पर, वो भी हेल्प नहीं कर पा रहे। घर अज शाम नूं रोटी नहीं हैगी, इन्हां ने उन्हां घरां नूं आइडेंटिफाई कीता। गवर्नमेंट नहीं हैगी, असीं प्राइवेट हैं, असीं भी तुहाडे वर्गे हैं। डीसी साहब दीआं स्पैशल इंस्ट्रक्शनां हैगीआं वा, जिहड़ी बाहरली माइग्रेट जिहड़ी लेबर पंजाब दे विच स्पैशल हैगी आ, ਉਹਨਾਂ ਦਾ ਪ੍ਰੋਪਰ ਲੁੱਕ ਆਫਟਰ ਕਰਨਾ ਹੈ। ਰੋਜ਼ ਭਾਅ ਜੀ ਲੰਗਰ ਅਸੀਂ ਇਕੱਲੇ ਇਕੱਲੇ ਘਰ ਦੇ ਚੈੱਕ ਕਰਦੇ, ਇਕੱਲੇ ਇਕੱਲੇ ਕੁਆਟਰ ਦੇ ਚੈੱਕ ਕਰਾ ਕੇ ਆਉਂਦੇ। ये 3,000 रुपये, 3,000 रुपये हमारे पास थोड़ी ना बच जाएंगे। आपको पता है कि रूम किराया है, बिजली बिल दिए, राशन का भरे, तो और कौन सा पैसा मेरे पास बचेगा। ਕੱਲ੍ਹ ਜੀ ਅਸੀਂ ਸੂਫੀ ਪਿੰਡ ਦੇ ਵਿੱਚ ਆਏ ਹਾਂ। ਇਹ ਭਾਈ ਸਾਹਿਬ ਨੇ ਸਾਨੂੰ ਫੋਨ ਕਰਕੇ ਬੁਲਾਇਆ ਸੀ, ਬਹੁਤ ਹੀ ਜੈਂਟਲਮੈਨ ਬੰਦੇ ਹੈਗੇ ਨੇ। ਇਹ ਐਕਚੁਅਲੀ ਇਸ ਏਰੀਏ ਦੇ ਵਿੱਚ ਰਹਿ ਰਹੇ ਨੇ, ਇਸ ਏਰੀਏ ਦੇ ਵਿੱਚ ਜਿੰਨੇ ਵੀ ਗਰੀਬ ਹੈਗੇ ਨੇ, ਇਹ ਵੈਸੇ ਤਾਂ ਆਪਣੇ ਕੋਲੋਂ ਵੀ ਐਫਰਟਸ ਕਰ ਰਹੇ ਨੇ ਦੇਣ ਦੇ ਲਈ, ਅਤੇ ਅਸੀਂ ਇਹਨਾਂ ਦੇ ਘਰ ਜਾ ਕੇ ਵੀ ਇਹਨਾਂ ਨੂੰ ਵੀ ਪੁੱਛਿਆ ਕਿ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ। ਇਹਨਾਂ ਨੇ ਹੱਥ ਜੋੜ ਕੇ ਕਹਿਤਾ ਕਿ ਨਹੀਂ, ਮੇਰੇ ਕੋਲ ਬਹੁਤ ਕੁਛ ਹੈਗਾ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ, ਸਿਰਫ ਤੁਸੀਂ ਵੈਰੀਫਾਈ ਕਰਕੇ, ਜਿਹੜੇ ਇੱਥੇ ਗਰੀਬ ਬੰਦੇ ਆ ਜਿਨ੍ਹਾਂ ਦੇ ਕੋਲ ਘਰ ਅੱਜ ਸ਼ਾਮ ਨੂੰ ਰੋਟੀ ਨਹੀਂ ਹੈਗੀ, ਇਹਨਾਂ ਨੇ ਉਹਨਾਂ ਘਰਾਂ ਨੂੰ ਆਈਡੈਂਟੀਫਾਈ ਕੀਤਾ। ਸੋ ਇਸ ਤਰ੍ਹਾਂ ਦੇ ਜੈਂਟਲਮੈਨ ਦੀ ਇਸ ਸਮੇਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਹਰ ਘਰ ਕਲੋਨੀ ਮੁਹੱਲੇ ਏਰੀਏ ਦੇ ਵਿੱਚ ਜ਼ਰੂਰਤ ਹੈ। ਸੋ ਸਾਨੂੰ ਸਾਰਿਆਂ ਨੂੰ ਇੱਦਾਂ ਦਾ ਇਨੀਸ਼ੀਏਟਿਵ ਲੈਣਾ ਚਾਹੀਦਾ ਜਿੱਦਾਂ ਦੇ ਭਾਈ ਸਾਹਿਬ ਨੇ ਲਿਆ। ਤੋ ਇੱਕ ਮਿੰਟ ਲਈ ਅਸੀਂ ਇਹਨਾਂ ਦੇ ਨਾਲ ਗੱਲ ਕਰਾਂਗੇ। ਸਰ ਤੁਹਾਡਾ ਨਾਮ ਕੀ ਹੈ ਜੀ? ਅਸ਼ੋਕ ਕੁਮਾਰ। ਅਸ਼ੋਕ ਕੁਮਾਰ ਜੀ, ਤੁਹਾਨੂੰ ਕਿੱਥੋਂ ਪਤਾ ਲੱਗਾ ਸਾਡੇ ਬਾਰੇ? ਨਹੀਂ, ਇਸ ਤਰ੍ਹਾਂ ਜੀ, ਪਹਿਲਾਂ ਸਾਨੂੰ ਜ਼ਰੂਰਤ ਸੀ। ਜ਼ਰੂਰਤ ਸੀ? ਹਾਂਜੀ, ਅਤੇ ਜਦ ਅਸੀਂ ਹੈਲਪ ਲੈਣਾ ਅਤੇ ਕੋਸ਼ਿਸ਼ ਕੀਤੀ ਸੀ ਕਿ ਵੀ ਸਾਨੂੰ ਜ਼ਰੂਰਤ ਹੈ, ਅਤੇ ਜਦੋਂ ਸਾਡੀ ਇੱਦਾਂ ਕਿ ਰਿਸ਼ਤੇਦਾਰਾਂ ਤੋਂ ਅਸੀਂ ਫਿਰ ਮਦਦ ਮੰਗੀ, ਸਾਨੂੰ ਰਿਸ਼ਤੇਦਾਰਾਂ ਤੋਂ ਮਿਲ ਗਈ ਸੀ। ਅਤੇ ਅਸੀਂ ਕਿਹਾ ਕਿ ਵੀ ਜਿੱਥੇ ਤੱਕ ਅਨਾਜ ਪਹੁੰਚ ਸਕੇ ਉੱਥੇ ਤੱਕ ਜਾਓ, ਜਿਹਨਾਂ ਨੂੰ ਜ਼ਰੂਰਤ ਨਹੀਂ ਹੈ, ਜਿਹਨਾਂ ਨੂੰ ਜ਼ਰੂਰਤ ਪੂਰੀ ਹੋ ਗਈ ਤਾਂ ਠੀਕ ਹੈ, ਜਿੱਥੇ ਤੱਕ ਪਹੁੰਚਣਾ ਚਾਹੀਦਾ ਰਾਸ਼ਨ ਜੀ। ਬਹੁਤ ਬਹੁਤ ਵਧੀਆ ਸੋਚ ਹੈ ਜੀ ਇਹਨਾਂ ਦੀ, ਬਹੁਤ ਅਸੀਂ ਤੁਹਾਨੂੰ ਕਹਿੰਦੇ ਹਾਂ ਜੀ, ਤੁਹਾਡੇ ਵਰਗੇ ਬੰਦੇ ਹੋਣਗੇ ਤਾਂ ਫਿਰ ਸਮਾਜ 'ਚ ਕੋਈ ਪ੍ਰੋਬਲਮ ਨਹੀਂ ਆਉਣੀ, ਐਪਰੀਸ਼ੀਏਟ ਕਰਦੇ ਹਾਂ ਜੀ ਅਸੀਂ। ਥੈਂਕ ਯੂ ਜੀ। ਲਓ ਜੀ, ਹਮਾਰੀ ਜੋ ਸੰਸਥਾ ਹੈ ਆਜ ਸੋਫੀ ਪਿੰਡ ਮੇਂ ਆਈ ਹੋਈ ਹੈ ਜਲੰਧਰ। ਤੋ ਇਨਕੇ ਘਰ ਮੇਂ ਆਕਰ, ਘਰ ਨਹੀਂ ਹੈ, ਮੰਦਿਰ ਕੇ ਅੰਦਰ ਯੇ ਰਹਿ ਰਹਾ ਹੈ ਪਰਿਵਾਰ। ਆਨੇ ਕੇ ਬਾਅਦ ਐਸਾ ਲਗਤਾ ਹੈ ਕਿ ਰੋਣਾ ਆਤਾ ਹੈ ਦੇਖ ਕੇ ਐਸੀ ਸਿਚੁਏਸ਼ਨ। ਹਮਾਰੇ ਪੰਜਾਬ ਮੇਂ ਵੀ ਐਸੀ ਸਿਚੁਏਸ਼ਨ ਦੇਖਨੇ ਕੋ, ਸੋਫੀ ਪਿੰਡ। ਹਮ ਕਹਿਤੇ ਹੈ ਕਿ ਹਮ ਪੰਜਾਬ ਕੇ, ਪੰਜਾਬ ਕੇ ਲੋਕ ਬਹੁਤ ਜ਼ਿਆਦਾ ਦਲੇਰ ਹੋਤੇ ਹੈ। ਤੋ ਯੇ ਕਿਸ ਟਾਈਪ ਕੀ ਦਲੇਰੀ ਹੈ? ਆਂਢੀ ਗੁਆਂਢੀ ਵੀ ਹੈ ਯਹਾਂ ਪਰ, ਵੋ ਵੀ ਹੈਲਪ ਨਹੀਂ ਕਰ ਪਾ ਰਹੇ ਡਿਊ ਟੂ ਕਰੋਨਾ। ਤੋ ਆਨੇ ਕੇ ਬਾਅਦ ਇਨਕੀ ਜੋ ਸਿਚੁਏਸ਼ਨ ਦੇਖੀ ਘਰ ਕੇ ਅੰਦਰ, ਨਾ ਇਨਕੇ ਪਾਸ ਸਿਲੰਡਰ ਹੈ ਬਾਲਨੇ ਕੋ, ਨਾ ਇਨਕੇ ਪਾਸ ਕੋਈ ਆਟਾ ਹੈ, ਨਾ ਇਨਕੇ ਪਾਸ ਕੋਈ ਰਾਸ਼ਨ ਹੈ। ਔਰ ਯੇ ਲੇਡੀਜ਼ ਹੈ ਵਿਚਾਰੀ, ਘਰੋਂ ਕਾ ਕਾਮ ਕਰਤੀ ਹੈ, ਕਰੋਨਾ ਕੇ ਕਾਰਨ ਘਰੋਂ ਕਾ ਕਾਮ ਵੀ ਬੰਦ ਹੋ ਚੁੱਕਾ ਹੈ। ਔਰ ਜੋ ਇਨਕਾ ਹਸਬੈਂਡ ਹੈ ਵੋ ਵਿਚਾਰਾ ਆਟੋ ਚਲਾਤਾ ਹੈ। ਗਾਓਂ ਵਾਲੋ ਨੇ ਇਨਕੀ ਯੇ ਜ਼ਰੂਰ ਹੈਲਪ ਕੀ ਹੈ ਕਿ ਇਨਕੋ ਮੰਦਿਰ ਦਿਆ ਹੁਆ ਹੈ। ਜਬ ਆ ਕੇ ਸਿਚੁਏਸ਼ਨ ਦੇਖੀ, ਕੁਛ ਵੀ ਚੀਜ਼ ਨਹੀਂ ਇਨਕੇ ਪਾਸ ਪਾਈ ਗਈ। ਔਰ ਇਨਕੇ ਚਾਰ ਬੱਚੇ ਹੈ ਛੋਟੇ ਛੋਟੇ, ਯੇ ਦੇਖੀਏ ਇਨਕੇ ਬੱਚੇ ਜੋ ਚਾਰ ਬੈਠੇ ਹੋਏ, ਤੀਨ ਬੱਚੇ ਅੰਦਰ ਬੈਠੇ ਹੋਏ ਹੈਂ, ਇੱਕ ਯੇ ਛੋਟੀ ਸੀ ਬੱਚੀ ਹੈ। ਔਰ ਅਭੀ ਹਮਾਰੀ ਜੋ ਸੰਸਥਾ ਨੇ ਹੈ ਇਨਕੋ 5 ਸੇ ਲੇਕਰ 10 ਦਿਨ ਕਾ ਯੇ ਰਾਸ਼ਨ ਪ੍ਰੋਵਾਈਡ ਕੀਆ ਹੈ। ਔਰ ਸਾਥ ਮੇਂ ਯੇ ਵੀ ਇੰਸ਼ੋਰੈਂਸ ਦਵਾਈ ਹੈ ਕਿ ਜਬ ਵੀ ਯੇ ਰਾਸ਼ਨ ਖਤਮ ਹੋਤਾ ਹੈ ਤੋ ਹਮਸੇ ਸੰਪਰਕ ਕਰੇ। ਔਰ ਐਸੀ ਸਿਚੁਏਸ਼ਨ ਦੇਖਨੇ ਕੇ ਬਾਅਦ ਰੋਣਾ ਆਤਾ ਹੈ ਤੋ ਕਿਆ ਫਾਇਦਾ? ਹਮ ਕਹਿਤੇ ਹੈਂ ਹਮ ਪੰਜਾਬੀ ਹੈਂ, ਬੜੇ ਦਲੇਰ ਹੈਂ। ਤੋ ਯੇ ਕਿਸ ਟਾਈਪ ਕੀ ਦਲੇਰੀ ਹੈ ਕਿ ਪੰਜਾਬ ਮੇਂ ਲੋਕ ਇਸ ਸਿਚੁਏਸ਼ਨ ਕੋ ਫੇਸ ਕਰ ਰਹੇ। ਤੋ ਮੇਰੀ ਹਰ ਇੱਕ ਪਰਸਨ ਸੇ ਯਹੀ ਰਿਕੁਐਸਟ ਹੈ ਕਿ ਇਸ ਜੋ ਪ੍ਰੋਬਲਮ ਹੈ ਇਸਕੇ ਲਈ ਆਪ ਆਗੇ ਆਏ, ਮੋਢੇ ਸੇ ਮੋਢਾ ਲਗਾ ਕਰ। ਔਰ ਪਿੰਡ ਵਾਲੋ ਸੇ, ਗਾਓਂ ਵਾਲੋ ਸੇ ਵੀ ਰਿਕੁਐਸਟ ਹੈ ਕਿ ਪਲੀਜ਼ ਐਸੇ ਲੋਗੋਂ ਕੀ ਜ਼ਰੂਰ ਹੈਲਪ। ਲੋ ਜੀ, ਇੱਕ ਹੋਰ ਅਸੀਂ ਘਰ ਕੇ ਅੰਦਰ ਆਏ ਹੈ, ਯੇ ਭਾਈ ਸਾਹਿਬ ਸੇ ਮਿਲੇ, ਯੇ ਵੀ ਸੋਫੀ ਪਿੰਡ ਕੇ ਹੀ ਹੈ। ਔਰ ਇਨਕੀ ਚਾਰ ਲੜਕੀਆਂ ਹੈ, ਔਰ ਸਾਥ ਮੇਂ ਮਾਤਾ ਜੀ ਰਹਿਤੀ ਹੈ, ਘਰਵਾਲੀ ਕੀ ਨਹੀਂ ਹੈ ਇਸਕੀ। ਤੋ ਇਨਸੇ ਵੀ ਮਿਲੇ ਹੈ, ਯੇ ਵੀ ਛੋਟੀ ਸੀ ਰੇੜੀ ਲਗਾਤੇ ਹੈ, ਕਾਮ ਹੈ ਨਹੀਂ ਅਭੀ, ਕਰੋਨਾ ਕੇ ਕਾਰਨ ਸਭ ਕੁਛ ਬੰਦ ਹੈ। ਔਰ ਲੰਗਰ ਬਣਤਾ ਹੈ, ਲੰਗਰ ਸੇ ਲਾ ਕਰ ਆਪਣਾ ਗੁਜ਼ਾਰਾ ਕਰ ਰਹੇ ਹੈ।
भाई साहब से हमने मिला, आकर सिचुएशन पूछी कि क्या किस चीज़ की आपको मेन रिक्वायरमेंट है, तो इन्होंने कहा कि गुजरात तो हमारा चल रहा है, हमें सिलेंडर की अर्जेंसी है, सिलेंडर रिक्वायर्ड है। तो मेरी पंजाब गवर्नमेंट से और इंडियन गवर्नमेंट से रिक्वेस्ट है कि इस सिचुएशन में जो सिलेंडर है वो टोटल फ्री कर दिए जाएँ 2 महीने के लिए या 3 महीने के लिए, ताकि ये लोग अपना गुजारा प्रॉपरली कर सकें। तो भाई साहब क्या नाम है आपका? मेरा नाम गौरी शंकर है भाई। अच्छा, गुजारा कैसे चल रहा है जी आपका? गुजारा बहुत मुश्किल से चल रहा है सर, कभी इधर लंगर तो ले आने हैं, कभी कहीं लंगर लगता है तो 4 बच्चों को पाल रहा हूँ सर जी, कामकार बिल्कुल बंद है। अभी ये बताइए कि आपको किस चीज की मेन रिक्वायरमेंट है? मेन सर जी मुझे सिलेंडर ला दीजिए, सिलेंडर के साथ ही बाकी मैं राशन तो इधर उधर से करके गुजारा कर लूंगा। कितने दिनों से खत्म है सिलेंडर? सर हो गए मेरे 10-12 दिनों से खत्म है, बहुत बुरा हाल। ठीक है, तो हमारी रिक्वेस्ट है गवर्नमेंट से ये फ्री सिलेंडर भी प्रोवाइड कर दें, तो आपने गवर्नमेंट इतना इनिशिएटिव ले रही है तो एक ये भी एक जो प्रॉब्लम है लोग। गवर्नमेंट ने स्पेशल इंस्ट्रक्शन दी हुई है कि जो बंदा झूठ बोलता है ना, उसके घर में खाने का राशन पड़ा है 4 दिन का 5 दिन का, ले लो, वो झूठ बोल रहा है अगर, तो उसका साथ में लेके आओ, फिर उससे बात करेंगे बात। ये डीसी साहब दियाँ स्पैशल इंस्ट्रक्शन है जी, बाहरली माइग्रेट जी लेबर पंजाब दे विच स्पैशल हैगी आ, उन्हां दा प्रोपर लुक आफ्टर करना है। तो असी सूफी पिंड आए थी, 7 जिहड़े माइग्रेट है यूपी बिहार तो लेबर का काम करते हैं, तो उन्हां नूं असी राशन प्रोवाइड कर रहे हैं 5 तो लैके 10 दिनों का। ठेकेदार साहब ये बताओ, जरा स्पीकर मैंने अभी ऑन किया है तो बोलो भैया, क्या आपको 3,000 रुपया तो दिया? हाँ तो दिए, आपने दिए 3,000 रुपये, 3,000 रुपये हमारे पास थोड़ी ना बच जाएंगे, आपको पता है कि रूम किराया है 1,200 रुपये, रूम किराया दिए, बिजली बिल दिए, राशन का भरे, तो और कौन सा पैसा मेरे पास बच गया? आज फिर बोल रहे हैं कि राशन नहीं है, ये तो बताए, आपको तो पता ही है कि फैमिली लेके आए, तो फैमिली लेकर खर्चा है कि नहीं है आपको पता है? वाइफ रखी है यहाँ पे, बच्चे? हाँ जी। बच्चे कितने? 2 बच्चे हैं। तो आपको अभी चाहिए क्या, बोलो ठेकेदार को, बोलो क्या चाहिए, बोलो बोलो, अभी ठेकेदार भी सुन रहा है, हम भी बैठे हुए हैं, बोलो अगर नहीं देता तो हम बात करते हैं अभी। हाँ बोलो। क्या राशन चाहिए भाई, जो खर्चा मेहमान के, आपको तो पता ही है कि राशन वासन चाहिए जब बंद रहेंगे। आपको 3,000 रुपया मिला है ना? हाँ मिलेगा आपको, 10 तारीख को मिलेगा, तो ये तो बताना चाहिए आपको 3,000 रुपया। आप ठीक है, सुना, मिलेगा मिलेगा, सुनो सुनो अभी बताओ, सही है? ठीक है, ठीक है ना, ठीक है। अगर नहीं मिलेगा तुझे 10 तारीख को, मुझे फोन करो, हम इधर ही आ जाएंगे, ठीक है, समझ गए? ठीक है। अगर ठेकेदार साहब आप भी सुन रहे हैं, इनको आप 10 तारीख को टाइम दे दो, 3,000 रुपया 10 तारीख को दे दो, अगर 10 तारीख को भी 3,000 नहीं मिलेगा तो हम फिर आ जाएंगे इधर, ठीक हो गया ठेकेदार साहब? आपका नाम क्या है सर? ठीक है यादव जी, धन्यवाद आपका, आप हेल्प कर रहे हैं वर्कर की, ये मुश्किल समय है, हम आपको अनुरोध करते हैं, आपके आगे हाथ जोड़ के बेनती करते हैं कि आप अपने वर्कर का ध्यान रखिए। ਭਾਜੀ ਲੰਗਰ ਅਸੀਂ ਕੱਲੇ ਕੱਲੇ ਘਰ ਦੇ ਚੈੱਕ ਕਰਦੇ, ਕੱਲੇ ਕੱਲੇ ਕੁਆਟਰ ਦੇ ਚੈੱਕ ਕਰਾ ਕੇ ਆਉਂਦੇ ਹਾਂ। ਤੁਸੀਂ ਗਏ ਲੰਗਰ ਲੈਣ ਕਰਕੇ ਸਭ ਲੋਕ ਪੈਕੇਟ ਬਣਾ ਕੇ ਭਾਜੀ ਵਿਤਰਨ ਕੀਆ? ਅੱਜ ਨਹੀਂ ਹੈ, 1 ਹਫ਼ਤੇ ਤੋਂ ਲਗਾਤਾਰ ਅਸੀਂ ਲੰਗਰ ਖਿਲਵਾ ਰਹੇ ਹਾਂ।
गलत गल है यार, इस चीज ना तुसी कहो भी सानू नहीं राशन मिलता, इत्थे रोज लंगर लगता है, पिंड दे विच रोज लंगर लगता है। अप्रीशिएट करदे तुहानू जी, बिल्कुल आई तां उहनां दे घर बहुत वधिया काम कर रहे, दी इच्छा है ओह बहुत वधिया, आई तां उहनां नू देण आए जिहनां कोल कख नहीं हैगा। कभी कभी इत्थे जिहदा लंगर पिंडे ते खाणा बणाउंदे आ, केठी केक मंग के उधार ले दी, ओह भी लै गया अज। लेकिन इहनां नाल देखो किन्नियां वधिया काम कर रहे ने। राशन दी लोड़ है, चाह दी लोड़ है, किसी चीज़ दी लोड़ है। चलो बहुत बढ़िया, दे दो बेस्ट है।